ਅਸਲਾਮੁਅਲਿਕਮ ਅੱਲਾ ਤੁਹਾਡੀ ਜ਼ਿੰਦਗੀ ਦੇ ਹਰ ਲੰਮੇ ਨੂੰ ਖੈਰ ਵਾਫੀਅਤ ਨਾਲ ਤੇ ਖੁਸ਼ਕਿਸਮੀ ਨਾਲ گزارੇ ਜਾਨੋ ਮਾਲ ਤੇ ਔਲਾਦ ਨੂੰ ਨੇਮਤਾ ਦੇ ਸਾਇਦ ਰੱਖੇ ਆਮੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਤੇ ਅੱਜ ਅਸੀਂ ਬਣਾ ਰਹੇ ਹਾਂ ਮੈਗੀ ਮੈਗੀ ਪਾਸਤਾ ਪਕੋ ਪਾਸਤਾ ਦੇ ਤਰ੍ਹਾਂ ਟੇਸਟ ਹੋਏਗਾ ਬਹੁਤ ਹੀ ਲذیذ ਤੁਸੀਂ ਜਦੋਂ ਇਹਨੂੰ ਖਾਓਗੇ ਤੁਸੀਂ ਖੁਦ ਯਾਦ ਕਰੋ ਗ੍ਰੈਸਪੀਨਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਸੌਸ ਪੈਨ ਵਿੱਚ 2 ਕੱਪ ਪਾਣੀ ਪਾਣਾ ਹੈ ਠੀਕ ਹੈ ਉਹਨੂੰ ਬੋਇਲ ਆਨ ਦੇਣਾ ਉਸ ਤੋਂ ਬਾਅਦ ਅੱਛੀ ਕੀ ਕਰਨਾ ਦੋ ਪੈਕੇਟ ਮੈਗੀ ਦੇ ਯੂਜ਼ ਕਰਨੇ ਤਰੇ ਤੇ ਆਪਣੇ ਤੁਸੀਂ ਇੱਕ ਬਣਾਉਣਾ ਚਾਹੁੰਦੇ ਹੋ ਇੱਕ ਬਣਾ ਲਓ ਜੀ ਉਸ ਤੋਂ ਬਾਅਦ ਕੀ ਕਰਨਾ ਹੈ ਸਹੀ ਇਹਨੂੰ ਮਿਕਸ ਕਰ ਲੈਣਾ ਹੈ ਠੀਕ ਹੈ ਮੈਗੀ거든 ਤੁਸੀਂ ਐਜ਼ ਅ ਕੇਕ ਉਹਨੂੰ ਯੂਜ਼ ਕਰ ਰਹੇ ਹੋ ਤੇ ਤੁਸੀਂ ਫੁੱਲ ਪੈਕੇਟ ਮੰਨੂ ਕਿਉਂਕਿ ਤੋੜ ਕੇ ਪਸੰਦ ਤੇ ਇਸ ਵਾਸਤੇ ਮੈਂ ਇਹਨੂੰ ਜਰਾ ਛੋਟਾ ਕਰ ਲਿਆ ਠੀਕ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਜਦੋਂ ਬੋਇਲ ਹੋ ਜਾਂ ਤਾਂ ਤੁਸੀਂ ਇਹਨਾਂ ਨੂੰ ਸਟੇਨ ਕਰ ਲੈਣਾ ਯਾਨੀ ਕਿ ਪਾਣੀ ਇਹਦਾ ਛਾਣ ਲੈਣਾ ਹੈ ਤੇ ਠੰਡੇ ਪਾਣੀ ਨੂੰ ਉਹਦੇ ਤੇ ਗੁਜ਼ਾਰ ਲੈਣਾ ਹੈ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਪੈਗੇਟੀਜ਼ ਜਾਂ ਪਾਸਤਾ ਜਦੋਂ ਬਣਾਉਂਦੇ ਹੋ ਤਾਂ ਉਹਦੇ ਵਾਸਤੇ ਤੁਸੀਂ ਮੈਕਰੋਨੀ ਵਾਲਾ ਨੂੰ ਕਰ ਲੈਂਦੇ ਹੋ ਠੀਕ ਹੈ ਉਸ ਤੋਂ ਬਾਅਦ ਇੱਕ ਅਲੱਗ ਪੈਨ ਲੈਣਾ ਹੈ ਉਹਦੇ ਤੁਸੀਂ ਦੋ ਚਮਚ ਮੈਦਾ ਸ਼ਾਮਿਲ ਕਰਨਾ ਹੈ ਆਇਲ ਡਾਲਣਾ ਹੈ ਠੀਕ ਹੈ ਤੇ ਇਹਨੂੰ ਤੁਸੀਂ ਅੱਛੀ ਤਰ੍ਹਾਂ ਪੁੰਨ ਲੈਣਾ ਹੈ ਤਾਂ ਕਿ ਇਹਦਾ ਜਦੋਂ ਕੱਚਾ ਪਾਣੀ ਜੋ ਕਸੈਲਾ ਪਾਣੀ ਉਹ ਖਤਮ ਹੋ ਜਾਏ カラー चेंज ਨਾ ਵੀ ਹੋਏ ਤੇ ਕੋਈ ਜ਼ਰੂਰੀ ਨਹੀਂ ਕਿਉਂਕਿ ਮੇਦੇ ਦਾ ਕਲਰ ਐਨੀ ਜਲਦੀ ਚੇਂਜ ਨਹੀਂ ਹੁੰਦਾ ਠੀਕ ਹੈ ਤੇ ਉਹਦਾ ਕਲਰ ਚੇਂਜ ਕਰਨ ਦੀ ਜ਼ਰੂਰਤ ਨਹੀਂ ਲੇਕਿਨ ਕਮਾਸ ਕਮ 3 ਤੋਂ 4 ਮਿੰਟ ਤੁਸੀਂ ਇਹਨੂੰ ਔਇਲ ਦੇ ਵਿੱਚ ਫਰਾਈ ਕਰਨਾ ਹੈ ਠੀਕ ਹੈ ਇਹ ਦੇਖ ਲਓ ਤੁਸੀਂ ਫਰਾਈ ਹੋ ਚੁੱਕਾ ਹੁਣ ਮੈਂ ਕੀ ਕਰਾਂਗੀ ਦੋ ਕੱਪ ਦੁੱਧ ਸ਼ਾਮਿਲ ਕਰਾਂਗੀ ਲੇਕਿਨ ਪਹਿਲੇ ਇੱਕ ਕੱਪ ਸ਼ਾਮਿਲ ਕਰੋ ਉਹਦੇ ਵਿੱਚ ਅੱਛੀ ਤਰ੍ਹਾਂ ਮੈਦੇ ਨੂੰ ਮਿਕਸ ਕਰੋ ਦੇ ਲੰਮਸ ਵਗੈਰਾ ਸਾਰੇ ਖਤਮ ਕਰੋ ਗੁੱਟਲੀਆਂ ਵਗੈਰਾ ਨਾ ਬਣਨ ਪਾਏ ਠੀਕ ਹੈ ਹੁਣ ਦੇਖੋ ਮੈਂ ਤੁਸੀਂ ਦੇਖ ਰਹੇ ਮੈਂ ਇਹਨਾਂ ਨੂੰ ਮਿਕਸ ਕਰ ਰਹੀਆਂ ਪੀਸ ਰਹੀਆਂ ਠੀਕ ਹੈ ਜੋ ਗੁੱਟਲੀਆਂ ਬਣਨ ਕੁਇਸਚਨ ਇਹ ਬਿਲਕੁਲ ਨਾ ਕੰਮ ਕਰ ਦੇਣੀ ਹੈ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰੋ ਐਨੋ ਤੁਹਾਨੂੰ ਲੱਗ ਰਿਹਾ ਕਿ ਆ ਠੀਕ ਕੁੰਦੀ ਜਾ ਰਹੀ ਹੈ ਤੁਸੀਂ ਇਹਦਾ ਦੂਸਰਾ ਕੱਪ ਵੀ ਐਡ ਕਰ ਦਿਓ ਠੀਕ ਹੈ ਜੀ ਮੈਂ ਐਡ ਕਰ ਲਿਆ ਸੀ ਉਹਨਾਂ ਦੇ ਵਿੱਚ ਮੈਂ ਡਾਲਾਂਗੀ ਚਿਲੀ ਸੌਸ ਸੋਇਆ ਸੌਸ ਬਲੈਕ ਪੀਪਰ ਚਿਲੀ ਫਲੈਕਸ ਸਾਲਟ ਤੇ ਮੈਗੀ ਟੇਸਟ ਠੀਕ ਹੈ ਮੈਂ ਮੈਗੀ ਟੇਸਟਰ ਮੈਂ 1 1/2 ਪੈਕੇਟ ਡਾਲਿਆ ਸੀ ਮੈਂ 2 ਪੈਕੇਟਸ ਨਹੀਂ ਡਾਲੇ ਸਣ ਕਿਉਂਕਿ ਮੈਂ ਇਹਦੇ ਵਿੱਚ ਆਲਰੇਡੀ ਬਲੈਕ ਪੀਪਰ ਤੇ ਮੈਂ ਚਿਲੀ ਫਲੈਕਸ ਵੀ ਸ਼ਾਮਿਲ ਕੀਤੀ ਸੀ ਚਿਲੀ ਸੌਸ ਵੀ ਸ਼ਾਮਿਲ ਕੀਤੀ ਸੀ ਇਸ ਵਾਸ ਵਨ ਐਂਡ ਹਾਫ ਜੋ ਪੈਕੇਟ ਸੀ ਨਾ ਟੇਸਟਰ ਦਾ ਮੈਂ ਉਹ ਸ਼ਾਮਿਲ ਕੀਤਾ ਸੀ ਠੀਕ ਹੈ ਉਹ ਤੁਸੀਂ ਸ਼ਾਮਿਲ ਕਰ ਲਓ ਅਗਰ ਤੁਸੀਂ ਚਾਈਨਿਸ ਸਾਲਟ ਪਸੰਦ ਕਰਦੇ ਹੋ ਤਾਂ ਤੁਸੀਂ ਨਾਰਮਲ ਆਮ ਨਮਕ ਦੀ ਬਜਾਏ ਤੁਸੀਂ ਚਾਈਨਿਸ ਸਾਲਟ ਵੀ ਐਡ ਕਰ ਸਕਦੇ ਹੋ ਅੱਛਾ ਇਹਨਾਂ ਨੂੰ ਮਿਕਸ ਕਰੋ ਜੋ ਲੰਮਸ ਨੇ ਉਹਨਾਂ ਨੂੰ ਨਾਲ ਨਾਲ ਮੈਸ਼ ਕਰਦੇ ਜਾਓ ਠੀਕ ਹੈ ਤਾਂ ਕਿ ਤੜਾ ਇੱਕ ਬਿਹਤਰੀਨ ਜੋ ਟੈਕਸਚਰ ਹੈ ਨਾ ਉਹ ਤੜੀ ਵਾਈਟ ਸਾਸ ਦਾ ਆਈਏ ਠੀਕ ਹੈ ਅਵਾਈਟ ਸਾਸ ਅਸੀਂ ਜੋ ਤਿਆਰ ਕਰ ਰਹੇ ਹਾਂ ਤਾਂ ਬਹੁਤ ਜ਼ਬਰਦਸਤ ਫਲੇਵਰ ਹੁੰਦਾ ਹੈ ਜਿੱਦੋਂ ਤੁਸੀਂ ਇਹਦੇ ਵਿੱਚ ਮੈਗੀ ਤੇ ਫਿਰ ਉਸ ਤੋਂ ਬਾਅਦ ਬਾਕੀ ਇੰਗਰੀਡੀਅੰਟਸ ਸ਼ਾਮਿਲ ਕਰੋਗੇ ਤਾਂ ਬਹੁਤ ਜ਼ਬਰਦਸਤ ਫਲੇਵਰ ਆਏਗਾ ਠੀਕ ਹੈ ਜੀ ਇਹਨਾਂ ਚੰਗੀ ਤਰ੍ਹਾਂ ਮਿਕਸ ਕਰੋ ਕਿ ਇੱਕਦ ਨਾਲ ਵੀ ਨਾ ਲੱਗੇ ਠੀਕ ਹੈ ਕਿਨਾਰਿਆਂ ਤੋਂ ਵੀ ਸਾਫ਼ ਕਰਦੇ ਜਾਓ ਕਿਉਂਕਿ ਮੈਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਪੈਨ ਦੇ ਨਾਲ ਚਪਕਦਾ ਹੈ ਠੀਕ ਹੈ ਤੇ ਤੁਸੀਂ ਉਹਨੂੰ ਚਿਪਕਣ ਨਹੀਂ ਦੇਣਾ ਤੁਸੀਂ ਸਾਈਡਾਂ ਤੋਂ ਵੀ ਸਾਫ਼ ਕਰਦੇ ਜਾਓ ਤੇ ਉਹਨੂੰ ਅੱਛੇ ਤਰ੍ਹਾਂ ਮਿਕਸ ਵੀ ਕਰਦੇ ਜਾਓ ਠੀਕ ਹੈ ਜੀ ਹਾਂਜੀ ਇਹਨੂੰ ਅੱਛੇ ਤਰ੍ਹਾਂ ਤੁਸੀਂ ਮਿਕਸ ਕਰੋ ਅੱਛਾ ਇਹ ਤੁਸੀਂ ਮੈਗੀ ਦੇ ਨਾਲ ਵੀ ਕਰ ਸਕਦੇ ਹੋ ਰੈਸਪੀ ਯੂਜ਼ ਕਰ ਸਕਦੇ ਹੋ ਇਹਨੂੰ ਇਸ ਤੋਂ ਇਲਾਵਾ ਤੁਸੀਂ ਮੈਕਰੋਨੀ ਨਾਲ ਵੀ ਯੂਜ਼ ਕਰ ਸਕਦੇ ਹੋ ਤੁਸੀਂ ਵਾਈਟ ਸੌਸ ਐਂਡ ਸਪੈਗੈਟੀਆਂ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਹਨੂੰ ਐਂ ਤਰੀਕੇ ਕਰਾਸ ਮੋ ਇਨਸ਼ਾਅੱਲਾ ਤੁਹਾਨੂੰ ਬਹੁਤ ਮਜ਼ਾ ਆਏਗਾ ਠੀਕ ਹੈ ਮਨ ਨੂੰ ਲੱਗਾ ਥੋੜਾ ਜਿਹਾ ਮਨੂ ਚਿਲੀ ਸੌਸ ਔਰ ਐਡ ਕਰਨਾ ਚਾਹੀਦਾ ਇਸ ਵਾਸਤੇ ਮੈਂ ਥੋੜਾ ਚਿਲੀ ਸੌਸ ਔਰ ਸ਼ਾਮਿਲ ਕਰ ਲਿਆ ਜੀ ਦੇਖੋ ਨਾਲ ਕੰਟੀਨਿਊਸਲੀ ਤੁਸੀਂ ਚਮਚ ਹਿਲਾਉਂਦਿਆਂ ਜਾਣਾ ਹੈ ਠੀਕ ਹੈ ਹੁਣ ਮੈਂ ਇਹਦੇ ਚੀਜ਼ ਐਡ ਕੀਤੀ ਹੈ ਚੀਜ਼ ਤੁਸੀਂ ਕੁਆਂਟੀਟੀ ਥੋੜੀ ਜ਼ਿਆਦਾ ਐਡ ਕਰੋ ਤਾਂ ਕਿ ਚੀਜ਼ੀ ਚੀਜ਼ੀ ਫਲੇਵਰ ਆਏ ਜੀ ਇਹ ਨਾਲ ਤੁਸੀਂ ਚਮਚ ਹਿਲਾਉਂਦਿਆਂ ਜਾਣਾ ਹੈ ਠੀਕ ਹੈ ਤੇ ਚੀਜ਼ ਨੂੰ ਵੀ ਮਿਕਸ ਕਰਦੇ ਜਾਣਾ ਵੇ ਤਾਂ ਕਿ ਤੜੇ ਸੌਸ ਪੈਨ ਦੇ ਨਾਲ ਨਾ ਦੇ ਮੈਦਾ ਚਪਕੇ ਨਾ ਹੀ ਤੜੀ ਚੀਜ਼ ਚਪਕੇ ਠੀਕ ਹੈ ਤੁਸੀਂ ਚੈੱਕ ਕਰੋ ਟੈਕਸਚਰ ਤੇ ਨਾਲ ਹੀ ਮੈਂ ਮੈਗੀ ਐਡ ਕਰ ਦਿੰਦੀ ਆ ਠੀਕ ਹੈ ਤੁਸੀਂ ਦੋ ਤਰ੍ਹਾਂ ਕਰ ਸਕਦੇ ਹੋ ਤੁਸੀਂ ਵਾਈਟ ਸੌਸ ਬਣਾ ਕੇ ਮੈਗੀ ਡਿਸ਼ ਆਊਟ ਕਰਕੇ ਉਹਦੇ ਉੱਤੇ ਤੁਸੀਂ ਇਹ ਸੌਸ ਡਾਲ ਸਕਦੇ ਹੋ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਮੈਂ ਮਿਕਸ ਕਰ ਲਿਆ ਤੁਸੀਂ ਮਿਕਸ ਵੀ ਕਰ ਸਕਦੇ ਹੋ ਐਦਾਂ